ਬਰਨਾਲਾ ਦੇ ਪਿੰਡ ਛੀਨੀਵਾਲ ਤੋਂ ਉਮੀਦਵਾਰ ਬੀਬੀ ਜਸਵੰਤ ਕੌਰ ਨੂੰ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ। ਇਸ ਦੌਰਾਨ ਬੀਬੀ ਜਸਵੰਤ ਕੌਰ ਨੇ ਕਿਹਾ ਕਿ ਸਰਪੰਚ ਬਣਨ ਤੋਂ ਬਾਅਦ ਅਧੂਰੇ ਕੰਮਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕਰਾਂਗੀ। ਐਨਕਾਊਂਟਰ ਨੂੰ ਬਰਨਾਲਾ ਤੋਂ ਅਮਨਦੀਪ ਸਿੰਘ ਗੋਲਾ ਦੀ ਰਿਪੋਰਟ। ਜਸਵੰਤ ਕੌਰ ਜੀ, ਜਸਵੰਤ ਕੌਰ ਜੀ, ਤੁਸੀਂ ਸਰਪੰਚ ਦੀ ਚੋਣ ਲੜ ਰਹੇ ਹੋ ਸੀਨੀਅਰ ਕਲਾ ਤੋਂ, ਕੀ ਕਹਿਣਾ ਚਾਹੁੰਦੇ ਲੋਕਾਂ ਨੇ ਤੁਹਾਨੂੰ ਇੱਧਰ? ਅਸੀਂ ਜੀ ਇਹ ਕਹਿਣਾ ਚਾਹੁੰਦੇ ਹਾਂ ਕਿ ਵੀ ਜੇ ਉਹ ਪਿੰਡ ਦਾ ਹੈਗਾ ਗਾ ਵਿਕਾਸ, ਉਹ ਅਸੀਂ ਠੀਕ ਕਰਨਾ ਚਾਹੁੰਦੇ ਹੈਗੇ, ਅਤੇ ਜਿਹੜਾ ਪਿੰਡ ਦਾ ਹੈਗਾ ਪਾਣੀ ਉਹ ਗੰਦਾ, ਉਹ ਅਸੀਂ ਬਾਹਰ ਕੱਢਣਾ ਚਾਹੁੰਦੇ ਹੈਗੇ, ਜੋ ਪਿੰਡ ਦੇ ਵਿੱਚ ਉਹ ਨਾਲੀਆਂ 'ਚ ਉਹ ਹੋਇਆ ਹੈਗਾ। ਹਾਂਜੀ, ਤੁਹਾਨੂੰ ਜਿੱਤ ਦਾ ਕਿਵੇਂ ਲੱਗ ਰਿਹਾ ਤੁਹਾਡੀ ਦਾਈ? ਹਜੇ ਤਾਂ ਜੀ ਠੀਕ ਹੈਗਾ, ਵੀ ਵਧੀਆ ਚੱਲ ਰਿਹਾ ਹੈਗਾ। ਹਾਂਜੀ, ਉਹ ਪਿੰਡ ਦਾ ਜੋ ਸਾਨੂੰ ਮਾਣ ਬਖਸ਼ਦੇ ਹੈਗੇ ਉਹ ਸਾਨੂੰ ਹਜੇ ਤੱਕ ਠੀਕ ਲੱਗ ਰਿਹਾ ਹੈ। ਹਾਂਜੀ, ਮੇਰਾ ਨਾਮ ਜਸਵੰਤ ਸਿੰਘ ਜੀ। ਜਸਵੰਤ ਸਿੰਘ ਜੀ ਇੱਥੋਂ ਬੀਬੀ ਜਸਵੰਤ ਕੌਰ ਜੀ ਸਰਪੰਚ ਦੀ ਚੋਣ ਲੜ ਰਹੇ ਨੇ। ਹਾਂਜੀ, ਤੁਸੀਂ ਉਹਨਾਂ ਦੇ ਨਾਲ ਤਾਂ ਆਪਣਾ ਦਿਲੋਂ ਤੁਰੇ ਫਿਰਦੇ ਹੋ, ਤੁਹਾਨੂੰ ਤੁਰੇ ਫਿਰਦੇ ਹੋ। ਹਾਂਜੀ, ਕਿਉਂ ਤੁਹਾਨੂੰ ਕੀ ਬੈਨੀਫਿਟ ਹੈ ਜੀ ਇਹਦੇ ਬੱਚੇ? ਸਾਨੂੰ ਬੈਨੀਫਿਟ ਤਾਂ ਇੱਕ ਇਹ ਹੈ ਜੀ, ਸਾਡਾ ਮਤਲਬ ਜਿਹੜਾ ਗਰੀਬੀ ਅਮੀਰੀ ਦਾ ਪਾੜਾ ਪਿਆ ਸਾਡੇ ਪਿੰਡ 'ਚ, ਉਹ ਸਾਨੂੰ ਆਸ ਉਮੀਦ ਆ ਵੀ ਨਿਕਲੂਗੀ ਜੇ ਮੂਹਰੇ ਆਉਣਗੇ ਜੀ। ਦੂਜੇ ਨੰਬਰ 'ਤੇ ਇਹ ਗੱਲ ਆ ਜੀ, ਸਾਡੇ ਬੈਂਕਾਂ ਨੇ ਜਿਵੇਂ ਮੰਨ ਲਓ ਵੀ ਗੰਦੇ ਪਾਣੀ ਦਾ ਨਿਕਾਸ ਆ ਉਹ ਬਾਹਰ ਨਿਕਲੂਗਾ ਜੀ, ਅਤੇ ਬਾਕੀ ਸਕੂਲ ਦੇ ਵਿੱਚ ਜਿਹੜੇ ਟੀਚਰਾਂ ਦੀ ਘਾਟ ਆ ਜੀ ਉਹ ਪੂਰੀ ਕਰਨਗੇ ਜੀ। ਤੁਹਾਨੂੰ ਜਿੱਤ ਬਾਰੇ ਤੁਹਾਨੂੰ ਕਿਵੇਂ ਲੱਗ ਰਿਹਾ? ਜਿੱਤ ਬਾਰੇ ਇਹਨਾਂ ਦਾ ਜਿਵੇਂ ਅਕਸ ਸਾਫ਼ ਆ ਜੀ, ਵੀ ਸਾਨੂੰ ਯਕੀਨ ਆ ਵੀ ਇਹ ਜਿੱਤ ਵੱਲ ਵੱਧਿਆ ਜੀ। ਅਸੀਂ ਜਿਵੇਂ ਜਿੱਤ ਬਾਰੇ ਤਾਂ ਤੁਸੀਂ ਜਿਤਾ ਤਾਂ ਤੁਸੀਂ ਰਹੇ ਹੋ, ਹਾਂਜੀ, ਤੁਹਾਨੂੰ ਕੀ ਭਰੋਸਾ ਗਾ ਵੀ ਇਹਨਾਂ 'ਤੇ ਜਿਹੜਾ ਤੁਸੀਂ ਉਮੀਦਾਂ ਰੱਖੀ ਬੇਟੇ ਤੁਹਾਨੂੰ ਪੂਰੇ ਕਰਨਗੇ? ਉਮੀਦਾਂ ਅੱਗੇ ਤਕਰੀਬਨ ਠੀਕ ਹੀ ਰਹੇ ਜੀ, ਇਹਨਾਂ ਦਾ ਜਿਹੜਾ ਮਤਲਬ ਪਿੰਡ 'ਚ ਵਿਹਾਰ ਰਿਹਾ ਆਮ ਠੀਕ ਹੀ ਰਿਹਾ। ਮੈਰਿਜ ਪੈਲਸ ਬਣਾਉਣਾ ਚਾਹੁੰਦਾ, ਬਾਕੀ ਸੀਵਰੇਜ ਪਿੰਡ 'ਚ ਪੈ ਜੇ, ਬਾਕੀ ਹੋਰ ਵੀ ਜਿੰਨਾ ਵੀ ਕਰਨ ਵਾਲਾ ਜ਼ਰੂਰ ਕਰਾਂਗੇ ਜਿਹੜਾ ਰਹਿੰਦਾ ਹੈ। ਅਤੇ ਬੈਂਕ ਲਿਆਉਣੇ ਚਾਹੁੰਦੇ ਹਾਂ ਪਿੰਡ ਦੇ ਵਿੱਚ, ਅਤੇ ਜੋ ਇੰਟਰਲੋਕ ਹੈ ਇਹ ਇੱਟ ਪਟਾ ਕੇ ਇੰਟਰਲੋਕ ਪਾਉਣੀ ਚਾਹੁੰਦੇ ਹਾਂ। ਜਿਹੜਾ ਗੰਦਾ ਪਾਣੀ ਹੈ ਲੋਕਾਂ ਦੇ ਘਰਾਂ 'ਚ ਖੜ੍ਹਾ ਹਾਲੇ ਵੀ ਬਾਲਟੀਆਂ ਨਾਲ ਕੱਢ ਰਹੇ ਆ, ਉਹਨਾਂ ਨੂੰ ਅਸੀਂ ਨਾਲੀ 'ਚ ਪਾਉਣਾ ਚਾਹੁੰਦੇ ਹਾਂ ਵੀ ਨਾਲੀ 'ਚ ਉਹਨਾਂ ਦਾ ਨਿਕਾਸ ਹੋਵੇ। ਕਿਵੇਂ ਲੱਗ ਰਿਹਾ ਤੁਹਾਨੂੰ ਜਿੱਤ ਬਾਰੇ? ਸਾਨੂੰ ਹਾਲੇ ਤਾਂ ਠੀਕ ਲੱਗ ਰਿਹਾ ਜੀ, ਫਿਰ ਦੇਖੋ ਮਾਲਕ ਦੇ ਹੱਥ ਹੈ।